ਦਿਆ ਤਾਂ ਸਾਡੇ 'ਚ ਵੀ ਹੈਗੀ ਆ। ਖੈਰ ਗੁਰਦੁਆਰਿਆਂ 'ਚ ਲੰਗਰ ਪਾਣੀ ਬਣਾਉਂਦੇ ਆ, ਕਦਰੇ ਭਾਈਆਂ ਨੂੰ ਜਾ ਜਾ ਘਰੋਂ ਘਰ ਵੰਡ ਕੇ ਆਉਂਦੇ ਆ, ਹੈ ਨਾ। ਅਤੇ ਇਹ ਲੋਕਾਂ ਨੇ ਇੱਥੇ ਜਿਹੜਾ ਪਾਣੀ ਪੂਣੀ ਦੀਆਂ ਟੂਟੀਆਂ ਸੀ ਨਾ, ਉਹ ਵੀ ਬੰਦ ਕਰਤੀਆਂ ਹੋਟਲਾਂ ਵਾਲਿਆਂ ਨੇ। ਚੀਜ਼ ਅਸੀਂ ਦਿਖਾ ਰਹੇ ਹਾਂ ਜੋ ਸਾਡੇ ਇਲਾਕਾ ਵਾਸੀ ਦਿਲ ਦੀ ਗਹਿਰਾਈਆਂ ਤੋਂ ਅੱਜ ਇਸ ਕਰੋਨਾ ਵਾਇਰਸ ਦੇ ਲੜਨ ਲਈ ਉਸ ਮਜਬੂਰਾਂ ਨੂੰ, ਉਹ ਲੋਕਾਂ ਨੂੰ ਰੋਟੀ ਪਹੁੰਚਾ ਰਹੇ ਆ, ਔਰ ਅਸੀਂ ਕਿਵੇਂ ਪਹੁੰਚਾ ਰਹੇ ਹਾਂ ਇਹ ਸਿਰਫ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਅਸੀਂ ਕੋਈ ਗੱਲਾਂ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਸਰਕਾਰਾਂ 'ਤੇ ਨਹੀਂ ਬੋਲਣਾ ਚਾਹੁੰਦੇ, ਪਰ ਸਾਡੀ ਜਿਹੜੀ ਏਕਤਾ ਵਾ, ਸਾਡੇ ਇਲਾਕੇ ਦੀ ਏਕਤਾ ਵਾ, ਸਾਡੇ ਭਾਈਚਾਰੇ ਦੀ ਏਕਤਾ, ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ। ਆਹ ਦਿਖਾਓ ਜੀ, ਇੱਕ ਅਸੀਂ ਟੋਕਰੀ ਲਗਾਈ ਆ ਆਪਣੇ ਇਲਾਕੇ ਦੇ ਵਿੱਚ, ਆ ਪੇੜ ਨਾਲ ਬੰਨ੍ਹੀ ਹੋਈ ਆ। ਅਤੇ ਰਾਜਵੀਰ ਮੇਰਾ ਵੀਰ ਆ, ਸਾਡਾ ਵਾਰਡ ਦਾ ਵਲੰਟੀਅਰ ਆ, ਇਹ ਵੀ ਆਪਣੇ ਘਰੋਂ ਰੋਟੀ ਬਣਾ ਕੇ ਇਸ ਟੋਕਰੀ 'ਚ ਪਾ ਕੇ ਜਾ ਰਿਹਾ। ਤੁਸੀਂ ਦੇਖੋਗੇ ਕਿਵੇਂ ਵਨ ਬਾਏ ਵਨ ਲੋਕ ਆਉਂਦੇ ਆ ਅਤੇ ਰੋਟੀ ਪਾ ਕੇ ਜਾਂਦੇ ਆ ਆਪਣੇ ਘਰੋਂ ਪਕਾ ਕੇ। ਆ ਜਾਓ ਜੀ, ਆ ਜਾਓ, ਆ ਜਾਓ, ਆ ਜਾਓ, ਬੋਲੋ ਰਾਜਵੀਰ ਜੀ, ਲੈ ਲਓ ਮਾੜੀ। ਹਾਂਜੀ, ਹੁਣ ਰਾਣਾ ਸਰ ਇਹਨਾਂ ਦੇ ਨਾਲ ਨਾਲ ਤੋਂ ਇਧਰ ਖੜੇ ਹੋ, ਚੱਲਦੇ ਹੋ। ਤੁਸੀਂ ਵੀਡੀਓ ਕਿਉਂ ਪਾਈ ਆ ਵੀ ਸਾਡੇ ਕੋਲ ਰਾਸ਼ਨ ਹੈ ਨੀਗਾ, ਤੁਸੀਂ ਗਲਤ ਕਿਉਂ ਬੋਲਿਆ? ਚਲੋ ਆਪਣੇ ਕਮਰੇ ਮੈਂ ਚੈੱਕ ਕਰੂ, ਰਾਸ਼ਨ ਨਹੀਂ ਹੈ, ਚਲੀਏ ਆਓ। ਚਲੋ ਚਲੋ, ਆਪਣੇ ਹਮਾਰੇ ਪਾਸ ਰਾਸ਼ਨ ਨਹੀਂ ਹੈ, ਤੋ ਆਪ ਹਮਾਰੇ ਕੋ ਵੀਡੀਓ ਬਣਾ ਕੇ ਪਾ ਰਹੇ ਹੈ ਫੇਸਬੁੱਕ ਮੇ ਕਿ ਆਪਕੇ ਪਾਸ ਰਾਸ਼ਨ, ਆਪ ਆਪਣਾ ਕਮਰਾ ਚੈੱਕ ਕਰੋ ਮੇਰੇ ਦੇ। ਰਾਸ਼ਨ ਪੜਿਆ ਮੇਰੇ ਪਾਸ, ਚਾਵਲ ਕੀ 5-7 ਬੋਰੀਆਂ ਪੜੀ ਆ, ਪੀਪੇ ਤਿਹੋਦੇ ਪਏ ਆ, ਆਲੂ ਪਏ ਆ, ਚੌਲ ਪਏ ਆ, ਆਹ ਦਾਲਾਂ, ਆਹ ਦੇਖੋ, ਆਹ ਮੂੰਗੀ ਮਾਰੇ ਦਾਲ 5-10 ਕਿਲੋ ਪਈ ਆ, ਬਾਅਦ ਮੈਂ ਆਇਆ, ਸੋਇਆਬੀਨ ਪਈ ਆ, ਬਾਕੀ ਮਸਾਲੇ ਸਾਰੇ ਵੀਡੀਓ ਪਾਣੇ ਮਤਲਬ 2-2.5 ਘੰਟੇ ਬਾਅਦ ਹੀ ਆਏ ਹੈ। ਬਾਬੂ ਨੇ ਸੁਬਹ ਬੋਲ ਦਿਆ ਥਾ, ਉਹ ਲੋਕ ਕਹਾਂ ਸੇ ਆ ਗਏ, ਹਮ ਲੋਕ ਤੋ ਆਪ ਝੂਠ ਬੋਲ ਰਹੇ ਹੈ, ਆਪਕੇ ਪਾਸ ਸਾਰੀ ਸਮਾਨ ਪੜਾ ਹੈ, ਆਪ ਝੂਠ ਬੋਲ ਰਹੇ ਹੈ, ਆਪ ਝੂਠ ਬੋਲ ਰਹੇ ਹੈ, ਆਪਕੇ ਪਾਸ ਬਹੁਤ ਸਮਾਨ ਪੜਾ ਹੈ, ਸਮਾਨ ਆਪਕੇ ਲੀਏ ਪੁਲਿਸ ਅੱਡੀ ਚੋਟੀ ਕਾ ਜ਼ੋਰ ਲਗਾ ਰਹੀ ਹੈ, ਆਪ ਝੂਠ ਬੋਲ ਰਹੇ ਹੈ, ਪਹਿਲੇ ਸਮਾਨ ਤੋਂ ਪੜਾ ਨਾ, ਜੇ ਆਟਾ ਚਾਵਲ ਆਪਕੇ ਪਾਸ ਪੜੇ, ਪਹਿਲੇ ਵਾਲੇ ਵੀ ਪਹਿਲੇ ਵਾਲੇ ਪੜੇ ਹੈ, ਅਭੀ ਬਹੁਤ ਜ਼ਿਆਦਾ ਪੜੇ ਹੈ ਆਪਕੇ ਪਾਸ, ਚਲੋ ਇਸਕੋ ਲੈ ਚਲੋ ਨਾਲ, ਚਲੋ ਚਲੋ ਇਧਰ ਆਓ, ਚਲੋ ਦੋਨੇ ਚਲੋ, ਦੋਨੇ ਚਲੋ, ਕਿਉਂ ਚਲ ਤੋ ਆਪ ਪੈਂਟ ਦਾ ਪੈਂਟ ਹੈ ਨੀ ਦੇਖੋ, ਇਹਦਾ ਵੀ ਕਮਰਾ ਦੇਖ ਲਓ ਜੀ, ਇਹਦਾ ਤੁਸੀਂ ਆਪਣਾ ਸਮਾਨ ਦੇ ਸਕਦੇ ਹੋ, ਆਹ ਇਹਦੇ ਕਮਰੇ ਦੇ ਵਿੱਚ ਆਲੂਆਂ ਦੀ ਬੋਰੀ ਜਿਹੜੀ ਆ ਪਈ ਆ, ਹਾਂ ਆਹ ਸਮਾਨ ਸਾਰਾ, ਆਵੇ ਦਾਲਾਂ ਚੌਲ ਆਟਾ, ਆਵੇ ਕਿੰਨਾ ਪਿਆ ਸਮਾਨ, ਇਹ ਸਭ ਝੂਠ ਬੋਲ ਰਹੇ ਹੈ, ਆਪਕੇ ਪਾਸ ਸਮਾਨ ਤੋਂ ਪੜਾ ਨਾ, ਪੜਾ ਤਾਂ ਨਾ ਪਹਿਲੇ, ਖਾਲੀ ਤੋਂ ਨਹੀਂ ਹੈ, ਆਪ ਭੁੱਖੇ ਤੋਂ ਨਹੀਂ ਹੈ, ਆਪ ਕਿਉਂ ਝੂਠ ਬੋਲਤੇ ਹੈ? ਨਹੀਂ ਸਰ, ਹਮ ਭੁੱਖਨੇ ਕੇ ਲਈ ਹਮ ਨਹੀਂ ਬੋਲ ਕੇ ਬੋਲਤੇ ਹੈ, ਕਪੜਾ ਪਹਿਨੋ, ਕਪੜਾ ਪਹਿਨੋ, ਆ ਲਓ, ਇਹ ਇੱਥੇ ਪਰਦੇਸੀ ਲੋਕ ਰਹਿੰਦੇ ਆ, ਇਹ ਝੂਠ ਬੋਲ ਕੇ ਸਾਨੂੰ ਪੁਲਿਸ ਨੂੰ ਗੁਮਰਾਹ ਕਰ ਰਹੇ ਆ, ਔਰ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ ਹੁਣੇ, ਚਲੋ ਇਨਕੋ ਲਾਓ ਲਾਲ ਸਾਹਿਬ, ਆ ਵੀ ਆ, ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਹ ਅਸੀਂ ਭਾਈ ਗੁਜਰਾਤ 'ਚ ਖੜੇ ਹਾਂ, ਥਰਾੜ ਬਾਰਡਰ ਕੋਲ, ਕਾਤਰਵਾ ਸ਼ਹਿਰ ਪੈਂਦਾ, ਕੋਈ DOC ਦੀ ਗੱਡੀ ਹੈ, 250-300 ਇਕੱਲੀ DOC ਹੈ, ਅਤੇ ਸਾਰੇ ਹੀ ਸ਼ਹਿਰਾਂ ਤੋਂ ਆਈ ਵੀ ਹੈ, ਐਂ ਨਹੀਂ ਵੀ ਇਕੱਲੇ ਸਾਡੇ ਸ਼ਹਿਰ ਦੀਆਂ ਗੱਡੀਆਂ, ਅਤੇ ਬਹੁਤ ਬਹੁਤ ਗੱਡੀਆਂ ਜਾਣੀ। ਅਤੇ ਆਪਣੇ ਜਿਹੜੇ ਆ ਬੰਦੇ ਨਾ, ਅਸੀਂ ਐਂ ਸੋਚਦੇ ਹੁੰਦੇ ਹਾਂ, ਦਿਆ ਤਾਂ ਸਾਡੇ 'ਚ ਵੀ ਹੈਗੀ ਆ, ਖੈਰ ਗੁਰਦੁਆਰਿਆਂ 'ਚ ਲੰਗਰ ਪਾਣੀ ਬਣਾਉਂਦੇ ਆ, ਕਦਰੇ ਭਾਈਆਂ ਨੂੰ ਜਾ ਜਾ ਘਰੋਂ ਘਰ ਵੰਡ ਕੇ ਆਉਂਦੇ ਆ, ਹੈ ਨਾ।
ਇਹ ਲੋਕਾਂ ਨੇ ਇੱਥੇ ਜਿਹੜਾ ਪਾਣੀ ਪੂਣੀ ਦੀਆਂ ਟੂਟੀਆਂ ਸੀ ਨਾ ਉਹ ਵੀ ਬੰਦ ਕਰਤੀਆਂ ਹੋਟਲਾਂ ਹੋਟਲਾਂ ਵਾਲਿਆਂ ਨੇ ਵੀ ਪਾਣੀ ਨਾ ਭਰਨੇ ਲੋਕ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਯਾਰ ਇਹਨਾਂ ਨੂੰ ਕਿਉਂ ਜਦੋਂ ਸਾਡੇ ਨਾਲ ਇਹੋ ਜਿਹਾ ਕੁਛ ਕਰਦੇ ਆ ਪੰਜਾਬੀਆਂ ਨਾਲ ਬਾਹਰ ਗਿਆ ਨਾਲ। ਤੁਸੀਂ ਬਿਹਾਰ ਯੂਪੀ 'ਚ ਜਾ ਕੇ ਦੇਖੋ ਕਿਤੇ ਸਾਨੂੰ ਜੇ ਕਿਤੇ ਪਾਣੀ ਦਾ ਗਲਾਸ ਪਿਆ ਦੇਣੇ ਲੋਕ ਜਦੋਂ ਮਾੜੀ ਜਿਹੀ ਗੱਡੀ ਟੱਚ ਹੋ ਜਾਏ ਨਾ ਕਿਸੇ ਨਾਲ ਕੁੱਟਣ ਵਾਲੇ ਹੁੰਦਾ 150 ਬੰਦਾ ਛਡਾਉਣ ਵਾਲਾ ਇੱਕ ਵੀ ਨਹੀਂ ਹੁੰਦਾ ਇਹਨਾਂ ਲੋਕਾਂ 'ਚ। ਅਤੇ ਤੁਸੀਂ ਇਹਨਾਂ ਜਾਣਿਆਂ ਨੂੰ ਘਰ ਜਾ ਕੇ ਕੋਈ ਕਹਿੰਦਾ ਮੈਂ ਸੁੱਕਾ ਰਾਸਣ ਦੇ ਕੇ ਆਉਣਾ, ਕੋਈ ਕਹਿੰਦਾ ਮੈਂ ਪਕਾਈਆਂ ਵੀਆਂ ਦੇ ਕੇ ਆਉਣਾ। ਕਿਤੇ ਯੂਪੀ 'ਚ ਜਾ ਕੇ ਇਹਨਾਂ ਦੇ ਨਾਲ ਤੁਸੀਂ ਟੱਚ ਕਰਕੇ ਦੇਖੋ ਆਪਦੀ ਕਾਰ ਮੋਟਰਸਾਈਕਲ ਅਤੇ ਕੁੱਟ ਕੁੱਟ ਬੌਲੀ ਕੱਢ ਦਿੰਦੇ ਆ ਬੰਦੇ ਦੀ ਇਹ। ਅਤੇ ਇੰਨੀ ਦਰਿਆ 'ਤੇ ਯਾਰ ਪਾਣੀ ਦੀ ਟੂਟੀ ਤੁਸੀਂ ਲੰਗਰ ਭਾਲਦੇ ਇਹਨਾਂ ਲੋਕਾਂ ਤੋਂ ਹੈਂ। ਅਸੀਂ ਤਾਂ ਨਹੀਂ ਕਹਿੰਦੇ ਯਾਰ ਵੀ ਇਹਨਾਂ ਨੂੰ ਕੋਈ ਸਮਾਂ ਮੁੜ ਮੜ ਜਾਣਗੇ ਆਪਦੇ ਦੇਸ਼ਾਂ ਨੂੰ ਯਾਰ ਪੰਜਾਬ 'ਚ ਗੰਦ ਪਾਇਆ ਇਹਨਾਂ ਨੇ ਹੈਂ। ਜੇ ਦੇਣਾ ਪਰ ਠੀਕ ਆ ਵੀ ਕਿਸੇ ਦੇ ਘਰ ਬੰਦਾ ਹੈ ਨਹੀਂ ਕਮਾਉਣ ਵਾਲਾ, ਕੋਈ ਇਕੱਲੀਆਂ ਬੁੜੀਆਂ ਬੱਚੇ ਛੋਟੇ ਹੈ ਉਹਨਾਂ ਨੂੰ ਦਿਓ ਯਾਰ। ਜਿਹੜਾ ਬੰਦਾ ਦੋ ਰੁਪਈਏ ਕਿਲੋ ਕਣਕ ਦੇ ਜਾਂਦੀ ਆ ਸਰਕਾਰ, ਜਿਹੜਾ ਬੰਦਾ ਇੱਕ ਮਹੀਨੇ ਦੀਆਂ ਰੋਟੀਆਂ ਨਹੀਂ ਕਮਾ ਕੇ ਜਮ੍ਹਾਂ ਕਰ ਸਕਦਾ ਤੁਸੀਂ ਨਹੀਂ ਉਹਨੂੰ ਰਜਾ ਸਕਦੇ। ਫਿਰ ਸਾਡੀ ਤਾਂ ਇਹ ਸੋਚ ਹੈ, ਅਸੀਂ ਵੀ ਯਾਰ ਆਪਦਾ ਬਾਲ ਬੱਚਾ ਪਾਲਣ ਦੀ ਖਾਤਰ ਹਰੇਕ ਬੰਦਾ ਦੇ ਕੋਈ ਕਨੇਡਾ ਅਮਰੀਕਾ ਫਿਰਦਾ, ਕੋਈ ਗੁਜਰਾਤ ਫਿਰਦਾ, ਕੋਈ ਬਿਹਾਰ ਬੰਗਾਲ 'ਚ ਫਿਰਦਾ। ਜਦੋਂ ਇਹਨਾਂ ਕੋਲ ਦੋ ਰੁਪਈਏ ਆਉਂਦੇ ਇਕੱਲੇ ਮੁਰਗੇ ਖਾਂਦੇ, ਆਲੂ ਨਹੀਂ ਖਾਂਦੇ ਇਹ ਇਕੱਲੇ ਮੁਰਗੇ। ਅਤੇ ਅੱਜ ਜੇ ਇਹਨਾਂ ਕੋਲ ਦੋ ਨਾਲੇ ਰਾਸਣ ਹੋਊ ਸਾਰਿਆਂ ਕੋਲ, ਤੁਸੀਂ ਵੰਡੀ ਜਾਓ ਮਾੜਾ ਮੋਟਾ ਬਈ, ਸੂਝਵਾਨ ਹੋ ਕੇ ਸੰਭਲ ਕੇ ਚੱਲੋ, ਦਿਓ ਜਿਹਦੇ ਘਰ ਕੋਈ ਬੰਦਾ ਨਹੀਂ ਕਮਾਉਣ ਵਾਲਾ। ਅਸੀਂ ਵੀ ਕਰਦੇ ਹਾਂ ਮਾੜਾ ਮੋਟਾ ਦਾਨ ਪੁੰਨ, ਦੇਖ ਕੇ ਕਰਦੇ ਹਾਂ ਵੀ ਆਹ ਐਡੀਆਂ ਐਡੀਆਂ ਲੈਣਾ ਬਈ, ਪਾਣੀ ਨਹੀਂ ਦੇ ਰਹੇ ਯਾਰ ਅਸੀਂ ਰੋਟੀਆਂ ਦੀ ਨਹੀਂ, ਸਾਡੇ ਕੋਲ ਹੈਗਾ ਰੱਬ ਦਿੱਤਾ ਸਾਰਾ ਕੁਝ ਲੈ ਕੇ ਗਏ ਨਾਲ, ਪਾਣੀ ਬੰਦ ਕਰਤਾ ਇਹਨਾਂ ਲੋਕਾਂ ਨੇ ਸਾਰੇ ਪੰਜਾਬ ਦੇ ਬੰਦੇ ਖੜ੍ਹੇ। ਅਤੇ ਸਾਡੀ ਤਾਂ ਇਹੀ ਰਾਇ ਆ ਬਈ ਬੰਦ ਕਰੋ ਇਹਨਾਂ ਨੂੰ, ਇਹ ਸਾਰੇ ਯੂਪੀ ਬਿਹਾਰ ਦੇ ਜਿੰਨੇ ਪੰਜਾਬ 'ਚ ਫਿਰਦੇ ਹਰਿਆ ਦੇ ਦੇਸ਼ ਨੂੰ ਜਾਣ, ਬਹੁਤ ਗੰਦੀ ਕੌਮ ਹੈ ਇਹ, ਜਦੋਂ ਕਿਤੇ ਅਸੀਂ ਜਾਣੇ ਜੂਨੇ ਨਾ ਸਾਨੂੰ ਪਤਾ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।